ਜੀ ਦੇਖ ਰਹੇ ਹਾਂ ਜੀ ਟੀਵੀ ਤੇ ਮੈਂ ਨਾਇਬ ਸਿੰਘ ਸਿੱਧੂ ਹਮੇਸ਼ਾ ਟਿੱਕਰੀ ਬਾਰਡਰ ਤੋਂ ਤੁਹਾਨੂੰ ਕਿਸਾਨਾਂ ਦੇ ਮੁੱਦਿਆਂ ਦੀਆਂ ਖਬਰਾਂ ਦੇ ਰਿਹਾ ਹਾਂ ਕਿਸਾਨੀ ਸੰਘਰਸ਼ ਦੀਆਂ ਖਬਰਾਂ ਦੇ ਰਿਹਾ ਹਾਂ ਅਤੇ ਅੱਜ ਇੱਕ ਜਿਹੜਾ ਇਹ ਕਿਸਾਨਾਂ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਉਸ ਦੇ ਵੀ ਇੱਕ ਝਲਕ ਦਿਖਾਵਾਂਗੇ ਇਹ ਤੁਸੀਂ ਦੇਖ ਰਹੇ ਹੋਗੇ ਵੀ ਕਿਸਾਨਾਂ ਵੱਲੋਂ ਇਹ ਖੂਨਦਾਨ ਕੈਂਪ ਲਾਇਆ ਗਿਆ ਹੈਗਾ ਇਹ ਦੇਖ ਰਹੇ ਹੋ ਤੁਸੀਂ ਦੇਖ ਲਓ ਇੱਕ ਕਿਸਾਨਾਂ ਨੇ ਖੂਨਦਾਨ ਕੈਂਪ ਲਾਇਆ ਹੈਗਾ ਇਹ ਸਾਰੇ ਇਹ ਕਿਸਾਨ ਹੈ ਜਿਹੜੇ ਖੂਨਦਾਨ ਕਰ ਰਹੇ ਹੈਗੇ ਆਪਾਂ ਦੇ ਨਾਲ ਕੁਝ ਡਾਕਟਰ ਸਾਹਿਬ ਜੁੜੇ ਆ ਉਹਨਾਂ ਨਾਲ ਵੀ ਗੱਲ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਕੇ ਜਿਹੜੇ ਨੌਜਵਾਨ ਹੈਗੇ ਖੂਨ ਦੇਣ ਲਈ ਪਹੁੰਚ ਚੁੱਕੇ ਹੁਣ ਤੱਕ 75 ਯੂਨਟ ਹੋ ਚੁੱਕੇ ਸਰ ਤੇ ਕਿੰਨੇ ਕਿ ਸਭਾਵਨਾ ਹੋ ਸਕਦੀ ਹੈ ਅੱਜ 4 ਵਜੇ ਤੇ ਕਲੋਜ਼ ਹੋ ਜੂਗਾ 80 ਕਿ ਯੂਨਟ ਹੋ ਜੂਗੀ ਕੱਲ ਨੂੰ ਵੀ ਕੈਂਪ ਲੱਗੂਗਾ ਕੱਲ ਨੂੰ ਜਿੰਨੇ ਹੋਣਗੇ ਉਹ ਹੋ ਸਕਦਾ ਹੈ 150 ਕਿ ਯੂਨਟ ਹੋ ਜਾਣਾ ਚਾਹੀਦਾ ਹੈ ਕਿਹ ਕਿਹ ਵਜੇ ਕੈਂਪ ਲਾਇਆ ਸੀਗਾ ਤੇ ਕਦੋਂ ਕੁ ਸਮਾਪਤ ਕਰੋਗੇ ਇਸ ਸਵੇਰੇ 9 ਵਜੇ ਲਾਇਆ ਸੀ ਸਰ 4 ਵਜੇ ਕਲੋਜ਼ ਹੋ ਜਾਈਗਾ ਇਹ ਨਾ ਦਾ ਕਹਿਣਾਗਾ ਵੀ 2 ਦਿਨ ਇੱਕ ਕੈਂਪ ਲੱਗੇਗਾ ਤੇ 2 ਦਿਨ ਇਹ ਖੂਨਦਾਨ ਚੱਲਦਾ ਰਹੇਗਾ ਇਹ ਤੁਸੀਂ ਦੇਖ ਰਹੇ ਹੋਗੇ ਇਹ ਜਿਹੜੇ ਹਰਿਆਣੇ ਦੇ ਰਾਜਸਥਾਨ ਦੇ ਪੰਜਾਬ ਦੇ ਕਿਸਾਨ ਹੈ ਇਹ ਬਲੱਡ ਡੋਨੇਟ ਕਰ ਰਹੇ ਹੈਗੇ ਇਹ ਇਕੱਲੇ ਪ੍ਰਦਰਸ਼ਨ ਨਹੀਂ ਕਰਨ ਜਾਣਦੇ ਇਹ ਲੋਕਾਂ ਦੀ ਸੇਵਾ ਕਰਨ ਵੀ ਜਾਣਦੇ ਆ ਲੋਕਾਂ ਦੀ ਜਾਨਾਂ ਵੀ ਬਚਾਉਣ ਲਈ ਅੱਗੇ ਆ ਰਹੇ ਆ ਨਾ ਸੱਸੀ ਕਾ ਜੀ ਸਤਿ ਨਸਕਾਰ ਜੀ ਕਿਸਾਨਾਂ ਵਾਸਤਾ ਦੇ ਰਹੇ ਆ ਜੀ ਕਿਸਾਨ ਮਾਰੇ ਭਾਈ ਜਦੂਤ ਪੜ ਜਾਏ ਉਸੇ ਵਾਸਤਾ ਦੇ ਰਹੇ ਆ ਕੋਈ ਵੀ ਉਹ ਗਰੀਬ ਉਹ ਕੋਈ ਵੀ ਉਹ ਅਮੀਰ ਉਹ ਮਤਲਬ ਕਿਸਾਨਾਂ ਵਾਸਤਾ ਕਰ ਰਹੇ ਆ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕੋਈ ਜ਼ਰੂਰਤ ਪੈ ਜੇ ਤਾਂ ਉਹਨਾਂ ਵਾਸਤੇ ਖੂਨਦਾਨ ਅਸੀਂ ਕਰ ਰਹੇ ਆਂਗੇ ਤੇ ਆਪਣੇ ਨਾਲ ਕੁਝ ਕਿਸਾਨ ਆਗੂ ਜੁੜਿਆ ਉਹਨਾਂ ਨਾਲ ਵੀ ਗੱਲ ਕਰਾਂਗੇ ਸੱਸੀ ਕਾ ਜੀ ਸੱਸੀ ਕਾ ਜੀ ਹਾਂ ਜੀ ਜਿਹੜਾ ਇਹ ਖੂਨਦਾਨ ਕੈਂਪ ਲਾਇਆ ਗਿਆ ਇੱਕ ਪਾਸੇ ਤਾਂ ਆਪਾਂ ਭੁੱਖ ਹੜਤਾਲ ਕਰ ਛੱਡੀ ਆ ਕਿਸਾਨਾਂ ਨੇ ਤੇ ਇੱਕ ਪਾਸੇ ਖੂਨਦਾਨ ਵੀ ਕੈਂਪ ਲਾਇਆ ਵੇ ਕੀ ਕਰਦੇ ਤੇ ਦੋਨੇ ਨੇ ਭੁੱਖ ਹੜਤਾਲ ਤਾਂ ਅਸੀਂ ਸਰਕਾਰ ਨੂੰ ਦੱਸ ਰਹੇ ਹਾਂ ਖੂਨਦਾਨ ਅਸੀਂ ਲਾ ਰਹੇ ਆ ਵੀ ਲੋਕਾਂ ਦੀ ਸੇਵਾ ਕਿਸੇ ਦੇ ਮਰਨ ਦਾ ਬੰਦਾ ਤਾਂ ਉਹ ਬਚ ਸਕਦਾ ਸਾਡੇ ਬਾਹਰ ਖੂਨ ਕੈਂਪ ਲਾਉਣ ਦਾ ਮਤਲਬ ਸੱਤ ਉਹ ਜਾਤ ਲੈ ਕੇ ਲਾਇਆ ਮੁੰਡਿਆਂ ਨੇ ਨੌਜਵਾਲ ਮੁੰਡੇ ਦੇ ਰਿਹਾ ਖੂਨ ਇਹਨਾਂ ਚੰਗੀ ਗੱਲ ਆ ਇਹ ਅਸੀਂ ਦੋਨੇ ਪਾਸੇ ਉਹਨਾਂ ਨੂੰ ਬਚਾ ਕੇ ਰੱਖਦੇ ਆਂ ਭਈ ਭੁਖੜਤਾਲ ਦਾ ਦਾ ਅਸੀਂ ਉਹਨਾਂ ਨੂੰ ਰੋਜ਼ ਸਾ ਸਰਕਾਰ ਨੂੰ ਦੇ ਰਹੇ ਆਂ ਤੇ ਜਿਹੜਾ ਹੈਗਾ ਖੂਨ ਦਾ ਅਸੀਂ ਸੇਵਾ ਕਰ ਰਹੇ ਆਂ ਲੋਕਾਂ ਦੀ ਇਹ ਦੋਨੇ ਗੱਲਾਂ ਨੇ ਤਾਲਾ ਕੋ ਸਰਕਾਰਾਂ ਵੱਲੋਂ ਇੱਕ ਚਿੱਠੀ ਭੇਜੀ ਗਈ ਦੱਸ ਰਹੇ ਹੈਗੇ ਵੀ ਉਹ ਕਹ ਰਹੇ ਕਿ ਸਾਡੇ ਨਾਲ ਮੀਟਿੰਗ ਕਰ ਲਓ ਤੇ ਕਿਸ ਤਰ੍ਹਾਂ ਲੈਣ ਉਸ ਇਹ ਮੀਟਿੰਗ ਦਾ ਉਹ ਸਾਡ ਗਿਆ ਜੇਸੇ ਬੰਦੀਆਂ ਦੇ ਆਗੂ ਪੜਨਗੇ ਉਹਨੂੰ ਜੇ ਭੇਜਿਆ ਤਾਂ ਉਹਨਾਂ ਨੇ ਕੋਈ ਹਲੇ ਸਾਨੂੰ ਪਤਾ ਨਹੀਂ ਲੱਗਿਆ ਵੀ ਭੇਜਤਾ ਪਰ ਉਹ ਚਿੱਠੀ ਆਈ ਆ ਤਾਂ ਉਹ ਜਿਵੇਂ ਬੰਦੀਆਂ ਪੜ੍ਹਣੀਆਂ ਜੋ ਫੈਸਲੇ ਲੈਣੀਆਂ ਉਹ ਆਪ ਦਾ ਉਹ ਚੱਲਣਗੀਆਂ ਜੇ ਉਹ ਚ ਕੁਝ ਨਿਕਲੂਗਾ ਜੇ ਅਗਲੀਆਂ ਗੱਲਾਂ ਮਨਕੀ ਬਾਤ ਵਾਲੀ ਹੋਈ ਉਹ ਕੋਈ ਬਾਤ ਨਹੀਂ ਅਸੀਂ ਕੋਈ ਗੱਲ ਨਹੀਂ ਕਰਨੀ ਉਹ ਬਈ ਉਹ ਹੀ ਕਾਨੂੰਨਾਂ ਸਮਝਾਉਣ ਦੀ ਗੱਲ ਹੋਈ ਫੇਰ ਸਾਡੀ ਜਿਵੇਂ ਬੰਦੀਆਂ ਨਹੀਂ ਜਾਣਗੀਆਂ ਜੇ ਉਹ ਚ ਕੋਈ ਹੋਇਆ ਵੀ ਇਹਨਾਂ ਨੂੰ ਅਸੀਂ ਕੈਨਸਲ ਕਰਦੇ ਆ ਜਿਵੇਂ ਉਹ ਪੜ੍ਹਣੀਆਂ ਤਾਂ ਜਾਣਗੇ ਅਸੀਂ ਗੱਲ ਕਰਦੇ ਸਾਡੇ ਨਾਲ ਕਿਸਾਨਾਂ ਕੋ ਹੋਰ ਵੀ ਜੁੜੇ ਹੋਣਾ ਨਾਲ ਵੀ ਗੱਲ ਕਰਾਂਗੇ ਸੱਸੀ ਕਾ ਜੀ ਸੱਸੀ ਗਾ ਸਿੱਧੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਸਾਡੀ ਆਵਾ ਕੀ ਕਹਿਣਾ ਚਾਹੂੰਗਾ ਇੱਕ ਪਾਸੇ ਭੁੱਖ ਹੜਤਾਲ ਤੇ ਇੱਕ ਕਿਸਾਨ ਇੱਕ ਪਾਸੇ ਕਿਸਾਨਾਂ ਵੱਲੋਂ ਖੂਨਦਾਨ ਕੇਪ ਲਾਇਆ ਇਹ ਪੰਜਾਬੀਆ ਤਾਂ ਜਿੱਥੇ ਵੀ ਕਿਤੇ ਲੋਡ ਪੈਂਦੀ ਆ ਉਹ ਸਾਰੇ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਉਹ ਪਿਛਲੇ ਪਾਸੇ ਭੁੱਖ ਹੜਤਾਲ ਤੇ ਬੈਟਿਆ ਸਾਡੀ ਹਾਕਮਾਂ ਨਾਲ ਲੜਾਈ ਆ ਮੋਦੀ ਸਰਕਾਰ ਨੂੰ ਝਕਾਉਣ ਦੀ ਦਬਾਅ ਪਾਉਣ ਲਈ ਕਿ ਤੁਸੀਂ ਜੇ ਨਹੀਂ ਸੁਣੋਗੇ ਤੇਸੀਂ ਐ ਕਰਾਂਗੇ ਐਸ ਪਾਸੇ ਮਾਨਤਾ ਲਈ ਕਿ ਲੋਕਾਂ ਨੂੰ ਖੂਨ ਚਾਹੀਦਾ ਲੋਕਾਂ ਦੇ ਭਲੇ ਲਈ ਇਹ ਸਾਡਾ ਖੂਨ ਵਾਲਾ ਜਿਹੜੀ ਕਿ ਦੋਨੇ ਲੜਾਈਆਂ ਲੜ ਰਹੀਆਂ ਸੇਵਾ ਲਈ ਵੀ ਲੜ ਰਹੇ ਆ ਤੇ ਆਪਣੇ ਹੱਕਾਂ ਲਈ ਵੀ ਲੜ ਰਹੇ ਆ ਕਿ ਜਿਹੜੀ ਲਗਾਤਾਰ ਮੋਦੀ ਸਰਕਾਰ ਨੇ ਸਾਨੂੰ ਸੜਕਾਂ ਤੇ ਬਿਠਲੇ ਮਜਬੂਰ ਕੀਤਾ ਹੋਇਆ ਜੀ ਜੀਪੀ ਦੇ ਕੁਝ ਲੀਡਰ ਆ ਗਏ ਉਹ ਬੋਲ ਰਹੇ ਹੈਗੇ ਵੀ ਜਿਹੜੇ ਇੱਕ ਆਰਡੀਨਸ ਹੈ ਉਹ ਕਿਸਾਨਾਂ ਪੱਖੀ ਹੈ ਹੰਸਰਾ ਹੰਸ ਨੇ ਵੀ ਕਿਹਾ ਜੇ ਜਿਹੜੀ ਖੇਤੀਬਾੜੀ ਮੰਤਰੀ ਨੇ ਚਿੱਠੀ ਭੇਜੀ ਹੈ ਉਹ ਕਿਸਾਨ ਪੜਨ ਤਾਂ ਉਹਨਾਂ ਨੂੰ ਪਤਾ ਲੱਗ ਜੇ ਵੀ ਇਹ ਕਿਸਾਨ ਪੱਖੀ ਹੈ ਸਿੱਧੂ ਸਾਹਿਬ ਜਿਹੜੇ ਬੰਦੇ ਕਿਸੇ ਦੇ ਟੁਕੜਿਆਂ ਤੇ ਪਾਲਦੇ ਆ ਉਨਾ ਬਰੇ ਸੀ ਕੁਛ ਨਹੀਂ ਕਹਿੰਦਾ ਇਹ ਜਿੰਨੇ ਸੜਕ ਤੇ ਬੈਠਿਆ ਇਹ ਕਿਰਤੀ ਆ ਕਿਸੇ ਨੂੰ ਖਵਾ ਸਕਦੇ ਕਿਸੇ ਦਾ ਖਾ ਨਹੀਂ ਸਕਦੇ ਇੱਕ ਵੀ ਪੈਸੇ ਤੇ ਇਹ ਕਿਸੇ ਮਗਰ ਜਾਣਦੇ ਨਹੀਂ ਜੇ ਕਿਰਤੀਆਂ ਦੀ ਗੱਲ ਮੋਦੀ ਸਾਹਿਬ ਨੂੰ ਨਹੀਂ ਦਿੰਦੀ ਜੇ ਬੀਜੇਪੀ ਨੂੰ ਨਹੀਂ ਦਿੰਦੀ ਹਾਂਸ ਰਾਜ ਨੂੰ ਨਹੀਂ ਦਿੰਦੀ ਉਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ ਪਤਾ ਨਹੀਂ ਉਹਦੇ ਕਿਹੋ ਜਿਹਾ ਚਸਮਾ ਲਾਇਆ ਇਹਨਾਂ ਕਿਰਤੀਆਂ ਨੇ ਵਿਆਹ ਸਾਦੀ ਸਾਦ ਕਿਉਂ ਉੱਪਰ ਚਕਰ ਪਚਾਇਆ ਅੱਜ ਸਾਡੇ ਖਿਲਾਫ ਬੋਲ ਰਿਹਾ ਕੋਈ ਗੱਲ ਨਹੀਂ ਬੋਲ ਜਾਂਦੇ ਉਹਦੇ ਦੇਣਾ ਪਰ ਹਕੀਕਤ ਆ ਜਿਹੜੀ ਉਹ ਤੋਂ ਅੱਖਾਂ ਨਹੀਂ ਮਿੱਚ ਜਾਂਦਾ ਸ਼ੀਸ਼ੇ ਦੇ ਸਾਹਮਣੇ ਦੇਖੋਗੇ ਸ਼ਕਲ ਦਾ ਪਤਾ ਲੱਗ ਜਾਂਦਾ ਵੀ ਕਿੰਨੀ ਸੋਹਣੀਆਂ ਬੀਜੇਪੀ ਨੂੰ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸ਼ਕਲਾ ਕਿਰਤੀ ਲੋਕ ਦਿਖਾਉਣਗੇ ਕੱਲ ਕਿਸਾਨਾਂ ਵੱਲੋਂ ਮੀਟਿੰਗ ਵੀ ਹੋਈ ਹੈਗੀ ਉਹਦੇ ਚ ਕੀ ਕੀ ਮੁੱਦੇ ਵਿਚਾਰੇ ਗਏ ਉਹ ਚ ਇੱਕ ਤਾਂ ਇਹ ਸੀਗਾ ਕਿ ਅੱਜ ਜਿਹੜਾ 24 ਘੰਟਿਆਂ ਦੀ ਭੁੱਖ ਹੜਤਾਲਾ ਹਰਿਆਣੇ ਦੇ ਵਿੱਚ ਜਿੰਨੇ ਟੋਲਪਰਾ ਜਾਓ ਫ੍ਰੀ ਕਰਨੇ ਆ ਜਿਹੜਾ 27 ਤਰੀਕ ਨੂੰ ਮਣਕੀ ਬਾਤ ਕਰਨੀ ਆ ਉਹ ਇਸ ਦਿਨ ਠਾੜੀਆਂ ਖੜਕਾ ਕੇ ਕਹਾਂਗੇ ਇਹਦੀ ਗੱਲ ਨਾ ਸੁਣੋ ਕਿਉਂਕਿ ਹਰ ਵਾਰ ਆਪਣੇ ਮਨ ਦੀ ਕੋਈ ਗੱਲ ਕਰਦਾ ਇੱਕ ਪਲਟੂ ਹੁੰਦਾ ਨਾ ਉਹਨੇ ਸੁਣਨੀ ਨਹੀਂ ਹੁੰਦੀ ਦੱਸੀ ਜਾਣੀ ਆ ਪ੍ਰਧਾਨ ਮੰਤਰੀ ਉਹ ਹੁੰਦਾ ਕਿ ਇੱਕ ਗੱਲ ਕਹੇ 10 ਸੁਣੇ ਹੁਣ ਜਿੰਨੇ 6 ਸਾਲਾਂ ਦਾ ਬਣਿਆ ਇਹਨੇ ਸੁਣਾਈਆ ਸੁਣੀ ਨਹੀਂ ਪੂਰੇ ਭਾਰਤ ਦੇ ਕਿਰਤੀ ਐਤੀ ਹੈ ਮਨ ਦੀ ਬਾਤ ਇਹਨੂੰ ਸੁਣਾਉਣਗੇ ਇੱਕ ਪਾਸੇ ਹਰਜੀਤ ਗਰੇਵਾਲ ਕਹਿੰਦਾ ਵੀ ਮੈਂ ਕਿਸਾਨ ਪੱਕੇ ਆਂਗਾ ਪੰਜਾਬ ਦਾ ਲਹੇਗਾ ਕਿਸਾਨ ਆਂਗਾ ਪਰ ਦੂਜੇ ਪਾਸੇ ਇਹ ਬੀਜੇਪੀ ਕਰਨੀ ਫਿਰ ਫਿਰ ਰੋਤੀ ਰੋਟੀ ਦਾ ਟੁਕੜਾ ਪਾੜਦਾਗਾ ਤੇ ਕਹਿੰਦਾ ਕਵੀ ਕਿਸਾਨ ਪੱਕੀ ਹੈਗੇ ਜਿਹੜੇ ਇਹ ਬੱਲ ਵੀ ਹੈਗੇ ਤੁਸੀਂ ਹਰਜੀਤ ਗਰੇਵਾਲ ਦੀ ਮੈਂ ਗੱਲ ਤਾਂ ਕਰ ਲਈ ਮੈਂ ਵੀ ਕਹਿੰਦਾ ਵੀ ਉਹਨੂੰ ਬਖਸ਼ ਦਿਆ ਕਰਗੇ ਪਰ ਉਹਦੇ ਲੱਛਣ ਇਹ ਜੇ ਆ ਤੜਕੇ ਜਦੋਂ ਰਜਾਈ ਚੋਂ ਮੂੰਹ ਕੱਢ ਕੇ ਬਹਿਣਿਆ ਨਾ ਮੈਂ ਚੰਗੀ ਨਹੀਂ ਕਹਿੰਦਾ ਵੀ ਕਿਸੇ ਨੂੰ ਭੈਣ ਭੈਣ ਦੀ ਮਾਂ ਦੀ ਗਾਲ ਨਹੀਂ ਚਾਹੀਦੀ ਪਰ ਜਨਤਾ ਇੰਨੀ ਕੁੱਤੇ ਖਾਣੀ ਕਰਦੀ ਹੈ ਨਾ ਜੇ ਬੰਦੇ ਦੇ ਵਿੱਚ ਮਾੜੀ ਮੋਟੀ ਇਨਸਾਨੀਅਤ ਹੋਵੇ ਮੈਂ ਕਹਿੰਦਾ ਅੱਜ ਨੂੰ ਨਾ ਖੁਦ ਕੁਛ ਹੀ ਕਰ ਜਾਂਦਾ ਸਾਲੀ ਖਾਕੀ ਨਿਕਰ ਦੀ ਖਾਤਰ ਭਾਜਪੀ ਦੀ ਆਰਐਸਐ ਜੀ ਦੀ ਖਾਤਰ ਕੁੱਤੇ ਖਾਣੀ ਕਰਾਉਂਦਾ ਆਪ ਦੀਆਂ ਧੀਆਂ ਨੂੰ ਆਪ ਦੀਆਂ ਮਾਵਾਂ ਨੂੰ ਆਪ ਦੀਆਂ ਭੈਣਾਂ ਨੂੰ ਯਾਰ ਰਾਜਨੀਤੀ ਤੋਂ ਕੀ ਕਰਨਾ ਅਸੀਂ ਰਾਜਨੀਤੀ ਉਹ ਕਰੀਏ ਕਿ ਜਿਹੜੇ ਲੋਕਾਂ ਸਾਡਾ ਮਾਨਸਨਾਨੀ ਇੱਜ਼ਤ ਵਧੇ ਉਹਦੀ ਜਿੱਦੇ ਦੀ ਆ ਇੱਕ ਸਿਆਪਾ ਨਵਾਂ ਪਤਾ ਸਾਰੇ ਭਾਜਪਾਲੇ ਇੱਕ ਸਾਈਡ ਤੇ ਆ ਉਹ ਜਿਵੇਂ ਬਾਰ ਚ ਪਿਸਤਾ ਖਤੂਰਾ ਬਣ ਦਿੰਦੇ ਆ ਉਹਨੂੰ ਓਵੇਂ ਬਣਤਾ ਜਿਹੜਾ ਆਉਂਦਾ ਉਸੇ ਦੀ ਛੇਤਰ ਮਾਰਦਾ ਜਿਹੜਾ ਆਉਂਦਾ ਉਸੇ ਦੀ ਛੇਤਰ ਮਾਰਦਾ ਮੈਂ ਤਾਂ ਤੁਹਾਡੇ ਚੰਨੇ ਰਾਹੀ ਰਹਿ ਦਿਨਾ ਕਿ ਤੂੰ ਮੇਰਾ ਵੱਡਾ ਭਰਾ ਹਾਜੇ ਵੀ ਸੋਚ ਲਾ ਤੂੰ ਆਪ ਦੇ ਪਰਿਵਾਰ ਨੂੰ ਆਪ ਦੀ ਪੀੜ੍ਹੀ ਨੂੰ ਕਿਉਂ ਗਲਾਂ ਦਬਾਣਾ ਹੋਂ ਤਾਂ ਪਿੰਡ ਨਾਲ ਬਾਈਕਾਰ ਕਰਤਾ ਹੋਂ ਤਾਂ ਜੇ ਕੋਈ ਗਰੇ ਵਾਲਾ ਗੋਦ ਦੀ ਗੱਲ ਕਰਦਾ ਪਹਿਲਾਂ ਸੋਚਦਾ ਵੀ ਗਰੇ ਵਾਲਾ ਤਾਂ ਮੈਂ ਤਾਂ ਹਰਜੀਤ ਇਹ ਬੇਨਤੀ ਹੈ ਕਿ ਰਾਜਨੀਤੀ ਹੁੰਦੀ ਰਹਿੰਦੀ ਆ ਸਰਕਾਰਾਂ ਬੰਦੀਆਂ ਰਹਿੰਦੀਆਂ ਪਾਰਟੀਆਂ ਬੰਦੀਆਂ ਰਹਿੰਦੀਆਂ ਕਿ ਲੋਕਾਂ ਦਾ ਤਾਂ ਕਿਸਾਨਾਂ ਦਾ ਤਾਂ ਕਿਸਾਨਾਂ ਦੀ ਗੱਲ ਸੁਣੇ ਜਾ ਕੇ ਕਹੇ ਜਾਂਦਾ ਕਿ ਬਿੱਲ ਵਾਪਸ ਲੈ ਲਓ ਨਹੀਂ ਭਰਾਵਾ ਮੇਰੀ ਸੱਚੀ ਗੱਲ ਮੈਂ ਤਾਂ ਪੰਜਾਬ ਚ ਰਹਿਣਾ ਕਿਰਤੀ ਲੋਕਾਂ ਨਾਲ ਰਹਿਣਾ ਮੈਨੂੰ ਨਹੀਂ ਇਹ ਜੀ ਰੋੜ করোনা ਆਇਆ ਸੀਗਾ ਜੀ ਤੇ ਕਰੋਨਾ ਵੇਲੇ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਵੀ ਤੁਸੀਂ ਥਾਲੀਆਂ ਵਜਾਓ ਤਾੜੀਆਂ ਵਜਾਓ ਕਰੋਨਾ ਭਜ ਜਾਓ ਤੇ ਕਿਸਾਨਾਂ ਨੇ ਵੀ ਹੁਣ ਉਹਦੀ ਉਹੀ ਮਤਲਬ ਕਿ ਇਧਰ ਆਏਗਾ ਵੀ ਜਿੱਤੇ ਮਨ ਕੀ ਬਾਤ ਕਰੂਗਾ ਉਹਦੇ ਥਾਲੀਆਂ ਵਜਾਓ ਤੇ ਕੀ ਕੀ ਭਜਾਉਣਾ ਤੁਸੀਂ ਵੀਰ ਜੀ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੇ ਸਾਡੇ ਕਿਸਾਨ ਸਮੁੱਚੇ ਕਿਸਾਨ ਵਰਗ ਵੱਲੋਂ ਤੁਹਾਡਾ মিডিਆ ਦਾ ਬਹੁਤ ਧੰਨਵਾਦੀ ਹੈ ਕਿ ਜਿਹੜੇ ਇਸ ਕਿਸਾਨਾਂ ਅੰਦੋਲਨ ਦੀ ਜਿਹੜੀ ਆਵਾਜ਼ ਹੈ ਦੁੱਖਾਂ ਭਰੀ ਜਿਹੜੀ ਸਮਾਂ ਇਹ ਇਹ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਵੀਰਾਂ ਨੂੰ ਦਰਸ਼ਕਾਂ ਨੂੰ ਤੁਸੀਂ ਸਾਡੀ ਇਹ ਪਹੁੰਚ ਦੀ ਕਰਦੇ ਹੋ ਦੂਸਰਾ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਰੋਨਾ ਦੇ ਸਮੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਲੀਆਂ ਥਾਲੀਆਂ ਖੜਕਾ ਕੇ ਕਰੋਨਾ ਭਜਾਇਆ ਜੇ ਤਾਲੀਆਂ ਤੇ ਥਾਲੀਆਂ ਖੜਕਾ ਕੇ ਕੋਈ ਨਾ ਕਰੋਨਾ ਭਜ ਸਕਦਾ ਸੀ ਤੇ ਫਿਰ ਵਿਦੇਸ਼ਾਂ ਦੇ ਲੋਕ ਸੀ ਜਿਹੜੇ ਉਹਨਾਂ ਕੋਲੇ ਕਿਹੜਾ ਬਰਤਨ ਨਹੀਂ ਸੀ ਸਾਡੇ ਨਾਲੋਂ ਤਾਂ ਚੰਗੇ ਸੀ ਜਿਹੜੇ ਜ਼ਿਆਦਾ ਆਵਾਜ਼ਾਂ ਕਰਦੇ ਪਰ ਨਹੀਂ ਇਹਨੇ ਜਿਹੜੀ ਰੌਲਗਦੌਲ ਲੋਕਾਂ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜਿਵੇਂ ਸਾਡੇ ਆਗੂ ਕਹਿੰਦੇ ਹੁੰਦੇ ਸੀ ਕਿ ਇਹਦੇ ਪਿੱਛੇ ਕੋਈ ਰਾਜ ਹੈ ਇਹ ਕੋਈ ਕਹਾਣੀ ਹੋਰ ਹੈ ਇਹ ਕੁਝ ਹੋਰ ਕਰਨਗੇ ਉਹ ਗੱਲ ਵਾਕਈ ਸਾਹਮਣੇ ਆ ਗਈ ਕਿ ਥਾਲੀਆਂ ਖੜਕਾਉਣ ਤੱਕ ਹੀ ਇਹ ਰਹਿ ਜਾਣ ਪਰ ਅਸੀਂ ਉਸ ਉਹਦੀ ਚਾਲ ਤੋਂ ਨਾ ਸਮਝ ਸੀ ਸਾਨੂੰ ਹੁਣ ਪਤਾ ਲੱਗਦਾ ਕਿ ਇਹ ਥਾਲੀਆਂ ਜਿਹੜੀਆਂ ਥਾਲੀਆਂ ਸੀ ਉਹ ਕਿਉਂ ਖੜਕਾਉਂਦਾ ਸੀ ਥਾਲੀਆਂ ਖੜਕਾਉਣ ਦਾ ਇਹਦਾ ਮਤਲਬ ਇਹ ਸੀ ਕਿ ਮੈਂ ਤੁਹਾਡੇ ਮੂਹਰੋਂ ਤੁਹਾਡੀ ਰੋਟੀ ਚੱਕ ਰਿਹਾ ਹਾਂ ਤੇ ਖਾਲੀ ਬਰਤਨ ਤੁਹਾਡੇ ਖੜਕਦੇ ਰਹਿ ਜਾਣਗੇ ਪਰ ਹੁਣ ਸਮੇਂ ਦੇ ਹਿਸਾਬ ਨਾਲ ਸਾਨੂੰ ਸਮਝ ਆ ਗਈ ਕਿ ਇਹਦਾ ਥਾਲੀਆਂ ਥਾਲੀਆਂ ਖੜਕਾਉਣ ਦਾ ਕਾਰਨ ਕੀ ਸੀ ਜੇਕਰ ਥਾਲੀਆਂ ਖੜਕਾ ਕੇ ਕਰੋਨਾ ਭਜਦਾ ਸੀ ਤਾਂ ਫਿਰ ਲੋਕਾਂ ਨੂੰ ਬੱਸਾਂ ਦੇ ਵਿੱਚੋਂ ਉਤਾਰ-ਉਤਾਰ ਕੇ ਜਾਂ ਮੋਟਰਸਾਈਕਲਾਂ ਤੋਂ ਚੱਕ-ਚੱਕ ਕੇ ਜਾਂ 13-13 ਸਾਲ ਦੇ ਬੱਚਿਆਂ ਦੀਆਂ ਜਬਰੀ ਬਾਹਾਂ ਮਰੋੜ ਕੇ ਇਸ ਵਿਭਾਗ ਦੇ ਛੱਡੇ ਹੋਏ ਉਹਨਾਂ ਲੋਕਾਂ ਨੇ ਜਿਹੜੇ ਸਿੰਪਲ ਲੈ ਕੇ ਉਹਨਾਂ ਦੇ ਟੈਸਟ ਕੀਤੇ ਫਿਰ ਉਹਨਾਂ ਨੂੰ ਕਰਾਉਣ ਦੀ ਕੀ ਜ਼ਰੂਰਤ ਸੀ ਜੇ ਇੱਕ ਬੱਚਾ ਸੀ ਜੇ ਇੱਕ ਥਾਲੀ ਖੜਕਾਉਂਦਾ ਸੀ ਉਹਨੂੰ ਦੋ ਫੜਾਉਣ ਦੇ ਵੀ ਤੇਰੇ ਕੋਲੋਂ ਕਰੋਨਾ ਭੱਜ ਜੂ ਇਹ ਸਾਰੀਆਂ ਚਾਲਾਂ ਸੀ ਦੂਸਰੀ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਨੀਤੀ ਸੀ ਉਹ ਕਿਸਾਨਾਂ ਨੇ ਅਪਣਾ ਲਈ ਇੱਕ ਕਹਾਵਤ ਬਣੀ ਹੈ ਕਿ ਛੇਰ ਆ ਗਿਆ ਛੇਰ ਆ ਗਿਆ ਇੱਕ ਆਜੜੀ ਦੀ ਕਹਾਣੀ ਸੀ ਉਹ ਉਹ ਛੇਰ ਆ ਗਿਆ ਛੇਰ ਆ ਗਿਆ ਕਰਦੇ ਕਰਦੇ ਨੇ ਮਨ ਕੀ ਬਾਤ ਸੁਣਾਉਂਦੇ ਸੁਣਾਉਂਦੇ ਨੇ ਇੰਨਾ ਸਮਾਂ ਲੰਘਾਤਾ ਉਸ ਮਨ ਕੀ ਬਾਤ ਦੇ ਵਿੱਚੋਂ ਨਿਕਲਿਆ ਕੁਝ ਨਹੀਂ ਇਹਨੇ ਸਾਰੀ ਇੰਡੀਆ ਨੂੰ ਡਿਜੀਟਲ ਕਰਤਾ ਡਿਜੀਟਲ ਕਰਕੇ ਜਿਹੜਾ ਸਾਡੇ ਦੇਸ਼ ਦਾ ਹਾਲਾਤ ਇਹਨੇ ਬਣਾਇਆ ਉਹਦੀ ਅੱਜ ਸਾਡੇ ਲੋਕਾਂ ਨੂੰ ਸਮਝ ਆ ਗਈ ਕਿ ਹੁਣ ਇਹਦੀ ਜਿਹੜੀ ਮਨਕੀ ਬਾਤ ਹੈ ਇਹ ਭੁੱਲ ਗਿਆ ਸੀ ਹੁਣ ਇਹਨੂੰ ਜਾਦ ਆ ਗਈ ਹੁਣ ਜੇ ਜਾਦ ਆਈ ਹੈ ਤਾਂ ਉਹ ਲੋਕਾਂ ਨੇ ਸੁਣਣੀ ਨਹੀਂ ਭਾਵੇਂ ਲੋਕਾਂ ਦੇ ਫਾਇਦੇਮੰਦ ਹੀ ਹੋਵੇ ਪਰ ਹੁਣ ਚਾਹੇ ਇਹ ਸੋਨੇ ਦਾ ਬਣ ਜੇ ਲੋਕ ਇਹਦੀ ਗੱਲ ਤੇ ਇੱਕ ਰੱਤੀ ਪਰ ਵੀ ਵਿਸ਼ਵਾਸ ਨਹੀਂ ਕਰਦੇ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਜਿੰਨੇ ਇਹਨਾਂ ਨੇ ਉਪਰਾਲੇ ਕੀਤੇ ਸਾਰੇ ਕਿਸਾਨਾਂ ਦੇ ਖਿਲਾਫ ਕੀਤੇ ਐ ਸਾਡੇ ਭਾਰਤ ਦੇ ਖਿਲਾਫ ਕੀਤੇ ਐ ਜਿੰਨੀਆਂ ਵੀ ਭਾਰਤ ਦੀਆਂ ਪ੍ਰਾਪਰਟੀਆਂ ਨੇ ਸਾਰੀਆਂ ਵੇਚਣੀਆਂ ਤੇ ਸਾਰੀਆਂ ਵੇਚਣ ਦੇ ਰਾਹ ਤੇ ਤੁਰੇ ਹੋਏ ਐ ਕਿਸਾਨਾਂ ਦੀ ਜ਼ਮੀਨ ਬਾਕੀ ਰਹਿ ਗਈ ਸੀ ਉਹ ਵੀ ਕਿਸਾਨਾਂ ਨੂੰ ਇੱਕ ਲੌਲੀਪੌਪ ਦੇ ਕੇ ਕਿ ਤੁਹਾਡਾ ਬੜਾ बढ़िया ਫਾਇਦਾ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਤੁਹਾਨੂੰ ਬਹੁਤ ਕੁਝ ਦੇ ਰਹੇ ਆ ਉਹ ਸਾਡੇ ਆਗੂਆਂ ਨੇ ਬੜੀ ਪਰਤਾਲ ਕੀਤੀ ਤੇ ਸਾਹਮਣੇ ਕੀ ਆਇਆ ਕਿ ਸਾਡਾ ਗਲ ਘੁੱਟਣ ਵਾਸਤੇ ਨੇ ਇੱਕ ਰੱਸਾ ਤਿਆਰ ਕਰ ਲਿਆ ਇਹੀ ਨਹੀਂ ਕਿ ਕੱਲੇ ਕਿਸਾਨਾਂ ਦਾ ਸਾਡੇ ਪੂਰੇ ਸਮਾਜ ਨੂੰ ਪੂਰੇ ਵਰਗ ਨੂੰ ਸਮਝ ਆ ਚੁੱਕੀ ਹੈ ਕਿ ਜੇਕਰ ਦੇਸ਼ ਦਾ ਲੱਕ ਚਲਦਾ ਹੈ ਤਾਂ ਕਿਸਾਨੀ ਦੇ ਸਹਾਰੇ ਚੱਲਦਾ ਜੇ ਇਹਨਾਂ ਨੇ ਕਿਸਾਨੀ ਖਤਮ ਕਰਤੀ ਤਾਂ ਦੇਸ਼ ਦਾ ਲੱਕ ਤੋੜਦਾ ਇਥੋਂ ਤੱਕ ਕਿ ਹਰ ਵਰਗ ਇਕੱਲੇ ਕਿਸਾਨ ਨਹੀਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹਰ ਵਰਗ ਦਾ ਹਰ ਵਿਅਕਤੀ ਚਾਹੇ ਉਹ ਮਜ਼ਦੂਰ ਹੈ ਚਾਹੇ ਮਲਾਜਮ ਹੈ ਚਾਹੇ ਕੋਈ ਆਪਣਾ ਕਿੱਤਾ ਕਰਦਾ ਹੈ ਇਥੋਂ ਤੱਕ ਕਿ ਢਾਬਿਆਂ ਤੇ ਰੋਟੀਆਂ ਚਕਾ ਕੇ ਸੇਵਾ ਕਰਨ ਵਾਲੇ ਲੋਕ ਵੀ ਇਸ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਹੇ ਆ ਤੇ ਇਹਨਾਂ ਦੇ ਮੰਨ ਦੀ ਜਿਹੜੀ ਬਾਤ ਆ ਉਹ ਸੁਣਨ ਵਾਸਤੇ ਕੋਈ ਤਿਆਰ ਨਹੀਂ ਇੱਕ ਪਾਸੇ ਤਾਂ ਜਿਹੜੇ ਇਹ ਨੌਜਵਾਨ ਕਿਸਾਨ ਆਏ ਸੀਗੇ ਬਜ਼ੁਰਗ ਆ ਸੀ ਇਹਨਾਂ ਨੂੰ ਅਤਵਾਦੀ ਕਿਤੇ ਬਖਵਾਦੀ ਕਿਤੇ ਖਾਲਸਾਦਨੀ ਕਿਹਾ ਜਾਂਦਾ ਹੈ ਇੱਕ ਪਾਸੇ ਇਹ ਬਲੱਡ ਵੀ ਦੇ ਰਹੇਗੇ ਵੀ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਦੇਖੋ ਇਹ ਪੰਜਾਬੀਆਂ ਨੂੰ ਕਹੀ ਕੁਛ ਜਾਣ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਸਰਕਾਰਾਂ ਵੱਲੋਂ ਜੋ ਪੰਜਾਬ ਦੇ ਨਾਲ ਕੀਤਾ ਗਿਆ ਉਹ ਕਿਸੇ ਨੂੰ ਭੁੱਲਣਾ ਨਹੀਂ ਜੇਕਰ ਆਪਾਂ ਗੱਲ ਕਰੀਏ 84 ਦੇ ਦੰਗਿਆਂ ਦੀ ਦਿੱਲੀ ਦੇ ਵਿੱਚ ਵੀ ਜੋ ਕੁਝ ਕੀਤਾ ਗਿਆ ਉਹ ਭੁੱਲਣਾ ਨਹੀਂ ਉਹ ਸਾਰੀ ਸਰਕਾਰਾਂ ਦੀ ਦੇਣ ਸੀ ਕਿਤੇ ਨਾ ਕਿਤੇ ਸਾਨੂੰ ਧਰਮ ਦੇ ਨਾਂ ਤੇ ਕਿਤੇ ਨਾ ਕਿਤੇ ਸਾਨੂੰ ਮਜਬ ਦੇ ਨਾਂ ਤੇ ਕਿਤੇ ਨਾ ਕਿਤੇ ਸਾਨੂੰ ਜਾਤੀ ਦੇ ਨਾਂ ਤੇ ਕਿਤੇ ਨਾ ਕਿਤੇ ਸਾਨੂੰ ਸਟੇਟਾਂ ਦੇ ਨਾਂ ਤੇ ਇਹਨਾਂ ਨੇ ਵੰਡ ਕੇ ਅੱਜ ਤੱਕ ਲੁੱਟਿਆ ਪਾੜਿਆ ਤੇ ਰਾਜ ਕੀਤਾ ਪਾੜੋ ਤੇ ਰਾਜ ਕਰੋ ਦੀ ਨੀਤੀ ਪਹਿਲਾਂ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਪਰ ਉਹ ਅਲੋਪ ਹੋ ਗਈ ਕਿਉਂਕਿ ਲੋਕ ਸਮਝਣ ਲੱਗ ਗਏ ਕਿ ਪਾੜੋ ਕੇ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਹੈ ਸਾਡੇ ਇਹ ਜਿਹੜੇ ਮੰਤਰੀ ਨੇ ਸਾਡੇ ਜਿਹੜੇ ਰਾਸੀ ਪਾਰਟੀਆਂ ਇਹ ਵੀ ਅਪਣਾਈ ਬੈਠੀਆਂ ਐ ਇਸ ਕਰਕੇ ਇਹਨਾਂ ਨੇ ਜਿਹੜਾ ਲਿਟਰੇਚਰ ਆ ਉਹਦੇ ਵਿੱਚੋਂ ਇਹ ਬੰਦ ਕਰਤਾ ਸੀ ਪਰ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਖੂਨਦਾਨ ਵੀ ਹੋ ਰਿਹਾ ਹੈ ਤੇ ਭੁੱਖ ਹੜਤਾਲ ਦੇ ਵੀ ਕਿਸਾਨ ਬੈਠੇ ਆ ਜਿਹੜਾ ਤਾਂ ਭੁੱਖ ਹੜਤਾਲ ਤੇ ਬੈਠਣਾ ਉਹ ਤਾਂ ਸਾਡਾ ਹੈਗਾ ਇਸ ਅੰਦੋਲਨ ਦਾ ਇੱਕ ਰੋਸ ਕਿ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਤੇ ਅਸੀਂ ਇੱਥੋਂ ਤੱਕ ਵੀ ਜਾ ਸਕਦੇ ਹਾਂ ਕਿ ਸਾਨੂੰ ਜੇ ਜਾਨ ਦੀ ਬਾਜ਼ੀ ਲਾਉਣੀ ਪਵੇ ਤਾਂ ਅਸੀਂ ਜਾਨ ਦੀ ਬਾਜ਼ੀ ਲਾ ਦਿਆਂਗੇ ਦੂਸਰੇ ਪਾਸੇ ਜਿੱਥੇ ਖੂਨਦਾਨ ਦੀ ਗੱਲ ਚੱਲਦੀ ਹੈ ਇਹਨਾਂ ਨੇ ਕਿਹਾ ਕਿ ਅੱਤਵਾਦੀ ਬੈਠੇ ਆ ਵਕਵਾਦੀ ਬੈਠੇ ਆ ਖਾਲਿਸਤਾਨੀ ਬੈਠੇ ਆ ਬਹੁਤ ਮੰਦ ਭਾਗੀ ਗੱਲ ਹੈ ਕਿ ਸਾਡੇ ਦੇਸ਼ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੇ ਢਾਂਚੇ ਦੇ ਵਿੱਚ ਅਨਾਜ ਦੇ ਭੰਡਾਰ ਦੇ ਵਿੱਚ 65% ਅਨਾਜ ਦੀ ਹਿੱਸਾ ਪਾਇਆ ਹੈ ਹਿੱਸੇਦਾਰੀ ਕੀਤੀ ਹੈ ਉਹਨਾਂ ਲੋਕਾਂ ਨੂੰ ਇਹੋ ਜਿਹਾ ਕੁਝ ਬੋਲਣਾ ਬਹੁਤ ਮਾੜੀ ਗੱਲ ਹੈ ਅਸੀਂ ਇਹਦੀ ਨਿੰਦਿਆ ਕਰਦੇ ਆ ਤੇ ਨਾਲ ਹੀ ਮੈਂ ਸਾਡੇ ਪੰਜਾਬ ਤੋਂ ਹੀ ਨਹੀਂ ਪੂਰੇ ਭਾਰਤ ਭਰ ਤੋਂ ਪਹੁੰਚੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੌਜਵਾਨਾਂ ਦਾ বারবার ওনা ਨੂੰ সালাম ਕਰਦਾ ਤੇ ਧੰਨਵਾਦ ਕਰਦਾ ਕਿ ਕਿਸੇ ਦੀ ਜ਼ਿੰਦਗੀ ਬਚਾਉਣ ਦੀ ਖਾਤਰ ਇਹ ਲੋਕੀ ਆਪਣਾ ਖੂਨਦਾਨ ਦੇ ਰਹੇ ਹੈ ਜੇਕਰ ਇਹ ਅਤਵਾਦੀ ਕਹਿੰਦੇ ਆ ਜਾਂ ਵੱਖਵਾਦੀ ਕਹਿੰਦੇ ਆ ਤਾਂ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੇ ਅਤਵਾਦੀ ਸੀ ਮੈਂ ਨਹੀਂ ਸਮਝਦਾ ਕਿ ਅਤਵਾਦੀ ਸੀ ਪਰ ਇਹਨਾਂ ਦੇ ਸਤਾਏ ਹੋਏ ਇਹਨਾਂ ਦੇ ਬਣਾਏ ਹੋਏ ਲੋਕ ਸੀਗੇ ਉਹ ਲੋਕ ਕਿਸੇ ਦੀ ਜਾਨ ਲੈਂਦੇ ਸੀ ਕਿਸੇ ਨੂੰ ਆਪਣਾ ਖੂਨ ਦੇ ਕੇ ਕਿਸੇ ਦੀ ਜਾਨ ਬਚਾਉਂਦੇ ਨਹੀਂ ਸੀ ਤੇ ਆ ਜਿਹੜਾ ਸਾਡੇ ਭਾਰਤ ਦਾ ਨੌਜਵਾਨ ਸਾਡੇ ਇਸ ਅੰਦੋਲਨ ਦੇ ਵਿੱਚ ਆ ਕੇ ਇੱਥੇ ਨਹੀਂ ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਤਾਂ ਖੂਨਦਾਨ ਦੇ ਜਿਹੜੇ ਕੈਂਪ ਆਉ ਲਗਾਏ ਜਾਂਦੇ ਆ ਤੇ ਇੱਥੇ ਵੀ ਤੁਸੀਂ ਆਪਣੇ ਕੈਮਰੇ ਦੇ ਸਾਹਮਣੇ ਸਾਰਾ ਕੁਝ ਵੇਖਿਆ ਆਪਣੇ ਮੂੰਹੋਂ ਇਹ ਜ਼ਿਕਰ ਕਰਦੇ ਹੋ ਕਿ ਖੂਨਦਾਨ ਕੀਤਾ ਜਾ ਰਿਹਾ ਹੈ ਸਾਡੇ ਇਹਨਾਂ ਨੌਜਵਾਨਾਂ ਵੱਲੋਂ ਸਾਡੇ ਭਾਰਤ ਦੇ ਲੋਕਾਂ ਦੀ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਵੀ ਜੇਕਰ ਸਾਡੇ ਖੂਨ ਦੀ ਲੋੜ ਪੈਂਦੀ ਹੈ ਕਿਉਂਕਿ ਮੈਂ ਥੋੜਾ ਜਿਹਾ ਧਾਰਮਿਕ ਨੂੰ ਵਿੱਚ ਦਖਲ ਕਰਦਾ ਹਾਂ ਕਿ ਸਿੱਖ ਨੌਜਵਾਨ ਹੈ ਜਿਹੜਾ ਉਹਦਾ ਜਿਹੜਾ ਖੂਨ ਹੈ ਉਹ ਦੂਸਰੀਆਂ ਕੌਮਾਂ ਨਾਲੋਂ ਥੋੜਾ ਜਿਹਾ ਵੱਖਰਾ ਹੈ ਦੂਸਰੇ ਧਰਮਾਂ ਨਾਲੋਂ ਥੋੜਾ ਜਿਹਾ ਵੱਖਰਾ ਹੈ ਕਿਉਂਕਿ ਕੁਰਬਾਨੀਆਂ ਦੇ ਜੇਕਰ ਆਪਾਂ ਗਿਣਤੀ ਨੂੰ ਵੇਖੀਏ ਤਾਂ ਪੰਜਾਬੀਆਂ ਦੀ ਜਿਹੜੀ ਕੁਰਬਾਨੀ ਹੈ ਕਿਤੇ ਨਾ ਕਿਤੇ ਜਾ ਕੇ ਸਾਰੇ ਦੇਸ਼ ਦੇ ਬਰਾਬਰ ਤੋਂ ਵੀ ਅੱਗੇ ਲੰਘ ਜਾਂਦੀ ਹੈ ਤੇ ਇਹ ਨੌਜਵਾਨ ਹੈ ਜਿਹੜੇ ਇਹ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣਾ ਜਿਹੜਾ ਖੂਨ ਹੈ ਇਹ ਦਾਨ ਕਰ ਰਹੇ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਕਿ ਜਿਹੜੀ ਭੁਖੜਤਾਲ ਹੈ ਇਹ ਅਸੀਂ ਰੋਸਵਜੋ ਕੀਤੀ ਹੈ ਤੇ ਜਿਹੜਾ ਖੂਨਦਾਨ ਹੈ ਇਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਹੈਗਾ ਕਿਉਂਕਿ ਪੰਜਾਬ ਦੇ ਲੋਕ ਕਿਸਾਨ ਆ ਜਿਹੜੇ ਹਿੰਦੁਸਤਾਨ ਦੇ ਕਿਸਾਨ ਆ ਇਹ ਇੱਕ ਪਾਸੇ ਤਾਂ ਅੰਨ ਪੈਦਾ ਕਰਕੇ ਲੋਕਾਂ ਦੀ ਜਾਨ ਬਚਾਉਂਦੇ ਆ ਅਤੇ ਦੂਸਰੇ ਪਾਸੇ ਇਹ ਖੂਨਦਾਨ ਕਰਕੇ ਵੀ ਲੋਕਾਂ ਦੀ ਜਾਨ ਬਚਾਉਣ ਲਈ ਅੱਗੇ ਆ ਰਹੇ ਹਨ ਦਿੱਲੀ ਤੋਂ ਅਜੀਤਬਲੀ ਨਰਵਿੰਦਰ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ